ਸਾਡੇ ਅੰਮ੍ਰਿਤਪਾਲ ਨੂੰ ਬਾਹਰ ਕੱਢੋ, ਉਹ ਆ ਕੇ ਗੋਬਿੰਦਵਾਲ ਦੇ ਤਰਨ ਤਾਰਨ ਸਾਰੇ ਕਪੂਰਥਲੇ ਜ਼ਿਲ੍ਹੇ ਦੇ ਕੰਮ ਕਰੇ, ਨਸ਼ਾ ਬੰਦ ਕੀਤਾ ਜਾਏ, ਸਾਡੇ ਜਿਹੜੇ ਬੱਚੇ ਰਹਿ ਗਏ ਉਹ ਬਚਾਏ ਜਾਣ। ਮਾਤਾ ਜੀ ਨੂੰ ਦੱਸ ਰਹੇ ਸੀ ਤੁਹਾਡੇ ਨਾਲ ਕੀ ਹੋਇਆ ਜੀ? ਉਹੀ ਦੱਸ ਰਹੀ ਸੀ ਮਾਤਾ ਨੂੰ ਕਿ ਮੇਰੇ ਆਦਮੀ ਨੂੰ, ਉਹਨਾਂ ਦਾ ਇਕੱਲਾ ਬੱਚਾ ਸੀ, ਪਹਿਲਾਂ ਉਹਨਾਂ ਦੇ ਆਦਮੀ ਨੇ ਡੈਥ ਹੋ ਗਈ, 4 ਸਾਲ ਦਾ ਬੱਚਾ ਪਾਲਿਆ ਮਾਂ ਨੇ, ਅਤੇ ਜਦੋਂ ਕਮਾਉਣ ਦੇ ਲਾਇਕ ਹੋਇਆ ਨਸ਼ੇ 'ਚ ਪੈ ਕੇ ਅਤੇ ਉਹਦੀ ਜ਼ਿੰਦਗੀ ਖਤਮ ਹੋ ਗਈ। ਇਹ ਸਰਕਾਰਾਂ ਗੋਲੀਆਂ ਨਾ ਮਾਰਨ, ਹੁਣ ਟੀਕਿਆਂ ਨਾ ਮਾਰਨ ਡਈ ਸਾਡੀ ਨੌਜਵਾਨੀ। ਤੁਹਾਡੇ ਇਲਾਕੇ 'ਚ ਅਸੀਂ ਦੇਖਿਆ ਮਾਝੇ 'ਚ ਜ਼ਿਆਦਾ ਅੰਮ੍ਰਿਤਪਾਲ ਦੀ ਆਵਾਜ਼ ਸੁਣ ਕੇ ਬੱਚੇ ਨਸ਼ਾ ਛੱਡਦੇ ਹੀ ਨਹੀਂ, ਅੰਮ੍ਰਿਤਪਾਲ ਨੂੰ ਚੁੱਕ ਕੇ ਅੰਦਰ ਦੇ ਤਾ। ਹੁਣ 1.5 ਸਾਲ 'ਚ ਕਿੰਨੇ ਮਾਵਾਂ ਦੇ ਪੁੱਤ ਮਰੇ ਆ, ਹੁਣ ਇਹ ਸਰਕਾਰ ਸੁੱਤੀ ਆ। 80,000 ਫੌਜ ਅੰਮ੍ਰਿਤਪਾਲ ਨੂੰ ਫੜਨ ਨੂੰ ਲਾਉਂਦੀ ਅਤੇ ਨਸ਼ਾ ਬੰਦ ਕਰਨ ਨੂੰ ਕਿਉਂ ਨਹੀਂ ਲਾਉਂਦੀ? ਕਿਉਂ ਇਹ ਨੌਜਵਾਨੀ ਨੂੰ ਸਰਕਾਰਾਂ ਨਸ਼ਾ ਵਗਾ ਰਹੀਆਂ? ਤੁਹਾਡੇ ਕਪੂਰਥਲੇ 'ਚ ਸਿਟੀ ਥਾਣੇ ਦੇ ਵਿੱਚ 1,00,000 ਰੁਪਈਆ ਐਸ ਐਚ ਓ ਨੂੰ ਦਿੱਤਾ ਜਾਂਦੇ ਆ ਕਿ ਉਹ ਪਹਿਲੀਆਂ ਸਰਕਾਰਾਂ ਦੀ ਦੇਣ ਹੈ ਜਿਹੜਾ ਐਸ ਐਚ ਓ ਹੈ। ਅਮਨਦੀਪ ਨਾਰ ਉਹਨੂੰ ਕਿਉਂ ਜਿੱਤਿਆ ਹੈ? ਉਹ ਨਸ਼ੇ ਦੇ ਪੈਸੇ ਨਹੀਂ ਲੈ ਰਿਹਾ, ਉਹਨੂੰ ਦੁਬਾਰਾ ਫੁੱਲ ਲਾਏ ਨੇ, ਵਧੀਆ ਅਫਸਰ ਬਣਾਇਆ, ਉਹਨੂੰ ਇੱਥੋਂ ਕੱਢ ਕੇ ਫੁੱਲੋਵਾਲ ਥਾਣੇ ਕੱਢ ਦਿੱਤਾ। ਅਜੇ ਮੈਂ ਕੱਲ੍ਹ ਹੀ ਗਈ ਹਾਂ ਉਹਦੇ ਕੋਲ, ਪਰਵਿੰਦਰ ਐਸ ਐਚ ਓ ਵਧੀਆ ਬੰਦਾ, ਚੰਗਿਆਂ ਨੂੰ ਬਦਲਦੇ ਆ, ਮਾੜੇ ਲਿਆ ਲੈ ਕੇ ਸਰਕਾਰ ਲਾਉਂਦੀ ਹੈ। ਅਸੀਂ ਇਹਨਾਂ ਦੀ ਜੁੱਲੀ ਬਿਸਤਰਾ ਗੋਲ ਕਰਕੇ ਭਜਾਵਾਂਗੇ, ਇੱਥੇ ਨਹੀਂ ਰਹਿਣ ਦੇਣਗੇ, ਤੁਹਾਡੇ ਪੁੱਤ ਨਹੀਂ ਹੈਗੇ, ਪਤੀ ਨਹੀਂ ਹੈਗੇ, ਅਸੀਂ ਵਿਧਵਾ ਜਨਾਨੀਆਂ ਕਿੱਥੇ ਜਾਈਏ, ਕਿੱਥੋਂ ਖਾਈਏ? ਸਾਡੇ ਸੁਪਨਿਆਂ 'ਤੇ ਪਾਣੀ ਫੇਰਦਾ। ਅਸੀਂ ਅਜੇ ਵੀ ਭਗਵੰਤ ਮਾਨ ਨੂੰ ਕਹਿੰਦੇ ਹੱਥ ਜੋੜ ਕੇ ਬੇਨਤੀ, ਸਾਡੀ ਗੰਦੇ ਕੰਮ ਜੋ ਵੀ ਤੂੰ ਸਰਕਾਰਾਂ ਕੋਲ ਕਰਾਉਂਦੇ ਆ ਇਹ ਬੰਦ ਕੀਤੇ ਜਾਣ, ਸਾਡੇ ਪੰਜਾਬ ਦੇ ਬੱਚੇ ਬਚਾਏ ਜਾਣ, ਅਸੀਂ ਉਹਨਾਂ ਨੂੰ ਦੇਖ ਕੇ ਜੀ ਲਾਂਗੇ, ਸਾਡੇ ਕੁਛ ਨਹੀਂ ਰਿਹਾ ਬੱਲੇ, ਪਤੀ ਨਹੀਂ ਹੈਗੇ, ਪੁੱਤ ਨਹੀਂ ਹੈਗੇ, ਅਸੀਂ ਕਿੱਥੇ ਜਾਈਏ? ਅੰਮ੍ਰਿਤਪਾਲ ਨੂੰ ਜਲਦੀ ਤੋਂ ਜਲਦੀ ਰਿਹਾ ਕਰਨ। ਜਿਹੜੀ ਤੁਹਾਨੂੰ ਲੱਗਦਾ ਕਿ ਅਫਸਰਸ਼ਾਹੀ ਦੀਆਂ ਵੀ ਗਲਤੀਆਂ ਹੈਗੀਆਂ ਨੇ, ਸਾਰਿਆਂ ਦੀਆਂ ਗਲਤੀਆਂ ਚੰਗੇ ਨੇ, ਕੁਝ ਸਰਕਾਰਾਂ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਮੈਂ ਨਹੀਂ ਡਰਦੀ, ਪੁੱਤ ਮਰ ਗਏ ਅਸੀਂ ਵੀ ਮਰ ਜਾਵਾਂਗੇ, ਸਾਨੂੰ ਗੋਲੀਆਂ ਮਾਰਦੇ, ਅਸੀਂ ਨਹੀਂ ਡਰਨ ਵਾਲੇ, ਸਾਡਾ ਅੰਮ੍ਰਿਤਪਾਲ ਜੀ ਬੰਦੀ ਸਿੰਘ ਸਾਰੇ ਰਿਹਾ ਕਰਨ। 2027 ਜੀ ਅੰਮ੍ਰਿਤਪਾਲ ਨੂੰ ਮੁੱਖ ਮੰਤਰੀ ਬਣਾਵਾਂਗੇ। ਗੁਰੂ ਦੇ ਘਰੋਂ ਮੈਂ ਭਿੰਡਰਾਂ ਵਾਲੇ ਦੇ 4 ਦਿਨ ਰਹਿ ਕੇ ਆਈ ਹਾਂ, ਉੱਥੇ ਵੀ ਅਸੀਂ ਸੁੱਕਣਾ ਹੁਣ ਵੀ ਸੁੱਕ ਕੇ ਆਈ ਹਾਂ। ਅੰਮ੍ਰਿਤਪਾਲ ਜੀ ਨੂੰ ਬਾਹਰ ਲਿਆਉਣ, ਇਹ ਕੰਮ ਕਰਨ ਆਪਣਾ ਸਾਰਾ, ਜੋ ਵੀ ਬੱਚੇ ਬਚਾਏ ਜਾਣ। ਦੂਜੇ ਨੰਬਰ 'ਤੇ ਅਸੀਂ 2027 'ਚ ਵੋਟਾਂ ਪਾਵਾਂਗੇ ਅੰਮ੍ਰਿਤਪਾਲ ਨੂੰ, ਇਹਨੂੰ ਮੁੱਖ ਮੰਤਰੀ ਬਣਨਾ ਚਾਹੁੰਦੇ ਹਾਂ ਅਸੀਂ, ਹੋਰ ਕਿਸੇ ਨਹੀਂ ਚਾਹੁੰਦੇ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਤੁਹਾਡਾ ਨਾਮ? ਮੈਂ ਕਪੂਰਥਲਾ ਜ਼ਿਲ੍ਹਾ ਦੀ ਜਸਪਾਲ ਕੌਰ, ਮਾਤਾ ਦੇ ਨਾਂ 'ਤੇ ਚੱਲਦਾ ਸਾਰਾ ਕੁਝ, ਮੈਂ ਸਾਰੇ ਬੱਚਿਆਂ ਦੀ ਮਾਂ ਵਾਂ, ਮਾਤਾ ਵਾਂ। ਮੇਰੇ ਬੱਚੇ ਨਹੀਂ ਹੈਗੇ, ਮੇਰੇ ਪਤੀ ਨਹੀਂ ਹੈਗਾ, ਮੇਰੇ ਭਰਾ ਵੀ 2 ਖਤਮ ਹੋ ਗਏ ਆ, ਮੇਰੇ ਸ਼ਹਿਰ ਵਿੱਚ ਮੁੰਡੇ ਕਾਫੀ ਖਤਮ ਹੋ ਗਏ ਆ। ਸਾਰੇ ਨਸ਼ੇ ਨਾਲ ਹੋ ਰਿਹਾ ਜੀ? ਨਸ਼ੇ ਨਾਲ ਹੋ ਰਹੇ ਆ, ਨਸ਼ੇ ਸਰਕਾਰਾਂ ਪਕਾ ਰਹੀ ਆ, ਸਰਕਾਰਾਂ ਨੂੰ ਪੇਟਣ ਰਹੇ ਹਾਂ ਅਸੀਂ। ਇੱਕ ਦਾ ਸਤਿਕਾਰ ਕਰਕੇ ਨਾ ਦੂਜਾ ਹੋ ਜਾਂਦਾ, ਦੂਜੇ ਜਗ੍ਹਾ ਤੀਜਾ ਚਲੇ ਜਾਂਦਾ, 27 ਸਾਲ 25 ਸਾਲ ਇੱਦੋਂ ਵੱਧ ਉਮਰਾਂ ਨਹੀਂ ਹੈਗੇ ਜਿਹੜੇ ਖਤਮ ਹੋ ਹੀ ਜਾਂਦੇ ਨੇ। ਸਾਡਾ ਪੰਜਾਬ ਖਾਲੀ ਕਰਤਾ ਨਸ਼ੇ ਨੇ। ਅਸੀਂ ਤਾਂ ਭਗਵੰਤ ਮਾਨ ਨੂੰ ਕਹਿੰਦੇ, ਅਸੀਂ ਆਮ ਪਾਰਟੀ ਦੀ ਸਰਕਾਰ ਦੇ ਨਾਲ ਸੀ, ਹਜੇ ਵੀ ਹੱਥ ਜੋੜਦੇ ਆ, ਭਗਵੰਤ ਮਾਨ ਜੀ ਕੰਮ ਚੱਜ ਦੇ ਕਰੋ, ਜੇ ਸੁਪਨੇ ਆਪਣੇ ਤੁਸੀਂ ਪੂਰੇ ਕਰਦੇ ਸਾਡੇ ਵੀ ਪੂਰੇ ਕਰੋ, ਸਾਡੇ ਬੱਚੇ ਬਾਹਰ ਲਿਆਓ। ਐਮ ਪੀ ਬਣਿਆ ਇੰਨੀ ਵੱਡੀ ਨੀਡ ਦੇ, ਜੇਲ੍ਹ ਦੇ ਵਿੱਚ ਬੈਠਾ ਐਮ ਪੀ ਬਣ ਗਿਆ, ਜੇਲ੍ਹ ਦੇ ਵਿੱਚ ਬੈਠੇ ਨੇ ਸੜਕ ਬਣਾ ਦਿੱਤੀ ਹੈ, ਤੂੰ ਕੀ ਕਰਦਾ? ਤੇਰੀਆਂ ਅੱਖਾਂ ਮੀਟੀਆਂ ਦੀਆਂ, ਤੇਰੇ ਬੰਦੇ ਆਮ ਪਾਰਟੀ ਦੇ ਕਿਸੇ ਦੁੱਖ ਦੇ ਵਿੱਚ ਪਹੁੰਚਦੇ ਨਹੀਂ। ਬੀਬੀ ਜਸਪਾਲ ਕੌਰ ਪਹੁੰਚਦੀ, ਖਾਲਸਾ ਦੀ ਧੀ ਆ ਤਾਂ ਖਾਲਸਾ ਹੀ ਰਹੇਗਾ। ਮੈਂ ਡਰਨ ਵਾਲੀ ਨਹੀਂ, ਮੈਂ ਝੁਕਣ ਜੋਗੀ ਨਹੀਂ, ਨਾ ਮੈਂ ਜਿੰਨਾ ਸਾਨੂੰ ਚੁੱਪ ਕਰਾਉਂਦੇ ਮੈਂ ਉਹਨਾਂ ਉੱਭਰਦੀ ਹਾਂ। ਅੱਜ ਮਾਰਦਨ ਗੋਲੀ ਮਾਰਦਨ, ਲੋਕਾਂ ਦਾ ਦਰਦ ਹੈ, ਸਾਰਾ ਪਰਿਵਾਰ ਚਲਾ ਗਿਆ, ਨਸ਼ੇ ਦੀ ਭੇਟ ਚੜ੍ਹ ਗਿਆ। ਅੰਮ੍ਰਿਤਪਾਲ ਦੀ ਗੈਰ ਹਾਜ਼ਰੀ ਦੇ ਵਿੱਚ ਤੁਹਾਡੇ ਕੋਲ ਹੋਰ ਵੀ ਘਰੇ ਲੋਕ ਆਉਂਦੇ ਹੋਣਗੇ, ਸਾਡੇ ਨਾਲ ਆਹ ਕੁਛ ਵਾਪਰ ਗਿਆ? ਬਹੁਤ ਇੱਦਾਂ ਮਾਵਾਂ ਰੋਜ਼ ਆਉਂਦੀਆਂ, ਬਹੁਤ ਹੀ ਮਾਵਾਂ ਆਣ ਕੇ ਰੋਂਦੀਆਂ ਵਾ ਕਿ ਸਾਡੇ ਪੁੱਤ ਜਿਹੜੇ ਨਸ਼ੇ ਦਾ ਮਰਦੇ ਜਾ ਰਹੇ। ਅਤੇ ਮੈਨੂੰ ਮੈਂ ਮਾਂ ਹੋਣ ਦੇ ਨਾਲ ਅਤੇ ਮਹਿਸੂਸ ਵੀ ਕਰਦੀ ਹਾਂ ਕਿ ਜੇ ਅੰਮ੍ਰਿਤਪਾਲ ਬਾਹਰ ਰਹਿੰਦਾ ਤਾਂ ਅੱਜ ਤੱਕ ਜਿਹੜਾ ਪੰਜਾਬ ਸੀ ਉਹ ਨਸ਼ਾ ਮੁਕਤ ਹੋ ਜਾਣਾ ਸੀ।
ਪਹਿਲਾਂ ਤਾਂ ਸਰਕਾਰ ਕਹਿੰਦੀ ਸੀ ਚਲੋ ਜੀ ਐੱਨ ਐੱਸ ਏ ਲੱਗਿਆ, ਅੰਮ੍ਰਿਤਪਾਲ ਦੇਸ਼ ਨੂੰ ਅਲੱਗ ਕਰਨ ਦੀ ਗੱਲ ਕਰਦਾ, ਐੱਨ ਐੱਸ ਏ ਤਾਂ ਲਾਇਆ ਦੇਸ਼ ਨੂੰ ਖਤਰਾ, ਪਰ ਹੁਣ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਅੰਮ੍ਰਿਤਪਾਲ ਹੈਗਾ, ਹੈ ਨਾ? ਤੁਸੀਂ ਕਹਿੰਦੇ ਹੋ ਕਿ ਵੇਖੋ ਲੋਕਾਂ ਨੇ ਇੰਨਾ ਵੋਟਾਂ ਪਾ ਕੇ ਆਪਣਾ ਨੁਮਾਇੰਦਾ ਚੁਣਿਆ, ਹੁਣ ਉਹਨੂੰ ਛੱਡਣ, ਉਹ ਲੋਕਾਂ ਦੇ ਕੰਮ ਕਰੇ ਜਿਨ੍ਹਾਂ ਨੇ ਆਪਣੀਆਂ ਆਸ ਰੱਖ ਕੇ ਵੋਟਾਂ ਪਾਈਆਂ ਵਾ, ਉਹ ਆਣ ਕੇ ਲੋਕਾਂ ਦੇ ਦੁੱਖ ਸੁੱਖ ਸੁਣੇ। ਮੇਨ ਗੱਲ ਤਾਂ ਆ ਕਿ ਉਹ ਪੰਜਾਬ ਦੀ ਨੌਜਵਾਨੀ ਬਚਾਵੇ, ਮੇਨ ਮੁੱਦਾ। ਜੇ ਸਾਡੀ ਨੌਜਵਾਨੀ ਹੋਊਗੀ ਤਾਂ ਅਸੀਂ ਗਾਂਹ ਤੁਰ ਸਕਦੇ, ਜੇ ਸਾਡੀ ਨੌਜਵਾਨੀ ਖਤਮ ਹੋ ਗਈ ਅਸੀਂ ਕੀ ਕਰਾਂਗੇ? ਇਹਨਾਂ ਸਾਨੂੰ ਆਟੇ ਅਤੇ ਚੌਲਾਂ ਤੱਕ ਲਿਜਾ ਕੇ ਰੱਖਦਾ, ਅਤੇ ਸਾਡੀ ਨੌਜਵਾਨੀ ਨੂੰ ਨੌਕਰੀਆਂ ਦੇਣ, ਬੇਰੁਜ਼ਗਾਰ ਕਰਕੇ ਸਾਡੇ ਬੱਚੇ ਨਸ਼ੇ ਵੱਲ ਜਾ ਰਹੇ ਆ। ਇਹ ਇਹਨਾਂ ਦੀ ਇੱਕ ਸੋਚੀ ਸਾਡੀ ਚਾਲ ਵਾ ਕਿ ਭਗਵੰਤ ਮਾਨ ਨੂੰ ਇੱਕੋ ਹੀ ਡਰ ਪੈ ਗਿਆ, ਅੰਮ੍ਰਿਤਪਾਲ ਬਾਹਰ ਆ ਜਾਏਗਾ ਨਸ਼ੇ ਬੰਦ ਕਰੇਗਾ। ਪਹਿਲੇ ਨੰਬਰ 'ਤੇ ਅਸੀਂ ਕਹਾਂਗੇ ਪੁੱਤ ਜੀ ਨਸ਼ੇ ਬੰਦ ਕਰੋ, ਬੱਚੇ ਬਚਾਏ ਜਾਣ, ਪੰਜਾਬ ਬਚਾਇਆ ਜਾਏ। ਦੂਜੇ ਨੰਬਰ 'ਤੇ ਅਸੀਂ ਇਹਨਾਂ ਨੂੰ ਇਹ ਕਹਿਣਾ ਧੀਆਂ ਭੈਣਾਂ ਜਿੰਨੀਆਂ ਵਿਧਵਾ ਇਹਨਾਂ ਦੀ ਰੱਖਿਆ ਜਾ ਕੀਤੀ ਜਾਏ, ਸਾਡਾ ਪੰਜਾਬ ਸੇਫ ਹੀ ਨਹੀਂ ਹੈਗਾ, ਸਾਡੀਆਂ ਚੋਰੀਆਂ ਅਤੇ ਚੋਰੀਆਂ ਦਿਨ ਦੀ ਵੀ ਸਾਡੇ ਪਰਸ ਖੋਏ ਜਾਂਦੇ, ਤੁਹਾਡੀਆਂ ਬੱਚੀਆਂ ਨੂੰ ਬਲੈਕਮੇਲ ਕੀਤਾ ਜਾਂਦਾ, ਇਹ ਕੌਣ ਕਰਾਉਂਦੀ ਸਰਕਾਰ? ਸਰਕਾਰ ਚੰਗੀ ਹੋਵੇ ਨਾ ਕੋਈ ਧੀ ਭੈਣ ਨੂੰ ਕੋਈ ਛੇੜ ਨਹੀਂ ਸਕਦਾ। ਪੁੱਤ ਨਸ਼ਿਆਂ 'ਚ ਲਾ ਤੇ ਧੀਆਂ ਭੈਣਾਂ ਨਾਲ ਬੇਰਦੀਆਂ ਹੁੰਦੀਆਂ, ਗੁਰਦੁਆਰਿਆਂ ਨਾਲ ਬੇਰਦੀਆਂ ਹੁੰਦੀਆਂ, ਇਨਸਾਫ ਨਹੀਂ ਸਾਨੂੰ ਮਿਲ ਰਿਹਾ, ਅਸੀਂ ਕਿੱਥੇ ਜਾਈਏ? ਅਤੇ ਮਾਤਾ ਜੀ ਇਸ ਇਕੱਠ ਦੇ ਬਾਰੇ ਤੁਹਾਨੂੰ ਕੋਈ ਇਸ ਤੋਂ ਬਾਅਦ ਭਰੋਸਾ ਉਮੀਦ ਕੋਈ ਹੈਗਾ ਤੁਹਾਨੂੰ ਇਸ ਇਕੱਠ ਤੋਂ ਬਾਅਦ ਕੋਈ ਇੱਕ ਨਵੀਂ ਮੂਵਮੈਂਟ ਨਵੀਂ ਲੈ ਰਹੇ ਹਾਂ ਕੁਛ ਅੱਗੇ? ਅੰਮ੍ਰਿਤਪਾਲ ਬੜੀ ਹੈ ਵੀ ਜੇ ਇੰਨਾ ਇਕੱਠ ਵੇਖ ਕੇ ਸਰਕਾਰਾਂ ਨੂੰ ਲੱਗੇ ਪਤਾ ਵੀ ਇੰਨੀ ਦੁਨੀਆ ਮਗਰ ਆ ਅਤੇ ਉਹ ਹੋ ਸਕਦਾ ਛੇਤੀ ਰਿਹਾਅ ਕਰਨ ਉਹਨਾਂ ਨੂੰ। ਮੈਂ ਤਾਂ ਉਹਨਾਂ ਸਰਕਾਰਾਂ ਨੇ ਇਹ ਵੀ ਬੇਨਤੀ ਕਰਦੀ ਵੀ ਜਿਹੜੇ ਸਾਡੇ ਪੁਰਾਣੇ ਬੰਦੀ ਸਿੰਘ ਜਿਹੜੇ ਇੰਨੀਆਂ ਇੰਨੀਆਂ ਸਜ਼ਾਵਾਂ ਕੱਟ ਚੁੱਕੇ, ਉਹਨਾਂ ਨੂੰ ਕਿਉਂ ਨਹੀਂ ਰਿਹਾਅ ਕਰਦੇ? ਜਿਹੜੇ ਦੋ ਦੋ ਤਿੰਨ ਤਿੰਨ ਗੁਣਾ ਵੱਧ ਸਜ਼ਾ ਕੱਟ ਚੁੱਕੇ, ਕਿਉਂ ਨਹੀਂ ਰਿਹਾਅ ਕਰਦੇ ਉਹਨਾਂ ਨੂੰ? ਕੀ ਸਰਕਾਰ ਚਾਹੁੰਦੀ ਆ? ਇਹ ਸਰਕਾਰਾਂ ਨੇ ਮੈਨੂੰ ਲੱਗਦਾ ਕੁਛ ਨਹੀਂ ਕਰਨਾ, ਸਾਨੂੰ ਆਪ ਹੀ ਮੁੱਦੇ ਚੁੱਕਣੇ ਪੈਣੇ, ਧਈਆ ਕਰਕੇ ਆਪਣੀ ਕੌਮ ਆਪ ਹੀ ਇਕੱਠੀ ਹੋਈਏ, ਆਪਣੇ ਜਿਹੜੇ ਬੰਦੀ ਸਿੰਘ ਉਹਨਾਂ ਨੂੰ ਰਿਹਾਅ ਕਰਾ ਸਕੀਏ।